ਕਿ ਇੱਕ ਵਾਰ ਚੜ ਕੇ ਫਿਰ ਥੱਲੇ ਆ ਜਾਂਦੀ ਹੈ ਫਿਰ ਚੜ ਜਾਂਦੀ ਹੈ ਥੱਲੇ ਆ ਜਾਂਦੀ ਹੈ ਔਰ ਹੁਣ ਆ ਦੇਖੋ ਇਸ ਦੇ ਬਾਵਜੂਦ ਕਿ ਆਪਾਂ 5 ਮਹੀਨੇ ਨੰਗਾਤੇ 3 ਸਪਟੈਂਬਰ ਨੂੰ ਡਾਕਟਰ ਦੱਸਦੇ ਨੇ ਕਿ ਜਿਹੜੇ ਹੁਣ ਮੈਂ ਤੁਹਾਨੂੰ ਦੱਸਿਆ ਕਿ 35000 ਬੰਦਾ ਅੱਜ ਹਸਪੀਟਲ ਚ ਹੈ ਅਜੇ ਕੋਰੋਨਾ ਦੇ ਨਾਲ ਲੱਗਿਆ ਹੋਇਆ 3 ਸਪਟੈਂਬਰ ਨੂੰ ਇਹ 64000 ਹੋ ਜਾਣਾ ਹੈ ਔਰ 18 ਸਪਟੈਂਬਰ ਨੂੰ 1 ਲੱਖ 18000 ਹੋ ਜਾਣਾ ਹੈ ਜਿਹੜੇ ਅੱਜ ਮੌਤਾ ਮੈਂ ਤੁਹਾਨੂੰ ਦੱਸਿਆ ਨੇ ਕਿ ਸਾਡੇ ਕੋਲ ਇੱਥੇ 957 ਨੇ ਇਹ 3 ਸਤੰਬਰ ਨੂੰ 1721 ਹੋ ਜਾਣੀਆਂ ਨੇ ਔਰ ਅੱਗੇ 18 ਤਰੀਕ ਨੂੰ 3148 ਹੁਣ ਇਹਦਾ ਫਾਇਦਾ ਦੱਸੋ ਮੈਨੂੰ ਕੌਣ ਮਰਦਾ ਹੈ ਪੰਜਾਬੀ ਮਰਦਾ ਹੈ ਕੌਣ ਬਿਮਾਰ ਹੁੰਦਾ ਹੈ ਪੰਜਾਬੀ ਬਿਮਾਰ ਹੁੰਦਾ ਸਾਡੇ ਲੋਕ ਪੰਜਾਬ ਦੇ ਲੋਕ ਸਾਡੇ ਭੈਣ ਸਾਡੇ ਭਾਈ ਸਾਡੇ ਹੋਰ ਬਜ਼ੁਰਗ ਸਾਡੇ ਹੋਰ ਬੱਚੇ ਸਾਰੇ ਉਹਨਾਂ ਵਾਸਤੇ ਆਪਾਂ ਇਹ ਨਹੀਂ ਕਰ ਸਕਦੇ ਔਰ ਦੇਖੋ ਇਸ ਨੂੰ ਇਹ ਲਾਈਨ ਕੈਸੇ ਜਾ ਰਹੀ ਹੈ ਉੱਪਰ ਨੂੰ ਇਹ ਹਾਰੇ ਥੱਲੇ ਨਹੀਂ ਆਈ ਇਹ ਐਸਾ ਐਸਾ 18 ਸਪਟੈਂਬਰ ਤੋਂ ਬਾਅਦ ਉੱਪਰ ਨੂੰ ਜਾ ਰਹੀ ਹੈ ਅਗੇ ਇਹ ਇਹ ਆંકੜੇ ਹੋਰ ਵੱਜ ਜਾਣੇ ਅਗੇ ਨੂੰ ਅਗਰ ਆਪਾਂ ਕਦਮ ਨਹੀਂ ਚੱਕਿਆ ਤਾਂ ਹੀ ਮੈਂ ਤੁਹਾਨੂੰ ਬੇਨਤੀ ਕਰਨ ਆਇਆ ਇਹ ਕੋਵਿਡ ਫਤਿਹ ਮਿਸ਼ਨ ਦੀ ਕਿਤਾਬ ਹੈ ਕੱਲ ਵਾਲੀ ਮੈਂ ਤੁਹਾਨੂੰ ਬੇਨਤੀ ਕਰਨ ਆਇਆ ਕਿ ਰੱਬ ਦੇ ਵਾਸਤੇ ਤੁਸੀਂ ਮੇਰੇ ਆਖੇ ਲੱਗੋ ਔਰ ਆਪਣੇ ਮਾਸਕ ਪਾਓ ਹੱਤ ਤੋ ਔਰ ਇਹ ਜਿਹੜੇ ਕਦਮ ਅਸੀਂ ਹੁਣ ਅੱਜ ਐਲਾਨ ਕਰ ਰਹੇ ਆ ਸਰਕਾਰ ਵੱਲੋਂ ਕੁਝ ਸਖਤੀ ਕਰ ਰਹੇ ਆਂ ਔਰ ਮੈਂ ਤੁਹਾਨੂੰ ਇਹ ਵੀ ਦੱਸਾਂ 31 ਤਾਈ ਮੈਂ ਰੱਖ ਰਹੇ ਆਂ ਮੈਂ ਕੱਲ ਦੱਸਿਆ ਸੀ ਔਰ ਅਗਰ 31 ਤਾਈ ਇੱਕ ਕਾਬੂ ਨਹੀਂ ਆਉਣਾ ਪੰਜਾਬ ਤੋਂ ਮੈਂ ਹੋਰ ਸਖਤੀ ਕਰੂੰਗਾ ਮੈਂ ਪੰਜਾਬੀਆਂ ਦੀ ਜਾਨ ਬਚਾਉਣੀ ਆ ਮੈਂ ਨਹੀਂ ਦੇਖਣਾ ਕਿ ਕਿਹੜਾ ਬੰਦਾ ਕੋਈ ਇੱਧਰ ਨਿਕਲ ਕੇ ਕਿਸੇ ਦੇ ਨਾਲ ਜਾ ਕੇ ਉੱਥੇ ਕੋਈ ਪਾਰਟੀਆਂ ਕਰੋ ਜਾਂ ਹੋਰ ਚੀਜ਼ਾਂ ਕਰੋ ਮੇਰਾ ਕੰਮ ਹੈ ਪੰਜਾਬ ਦੀ ਜਾਨਾ ਪੰਜਾਬੀਆਂ ਦੀ ਜਾਨਾ ਬਚਾਉਣੀ ਆ ਔਰ ਉਹਦੇ ਬਾਅਦ ਸੇ ਜੋ ਵੀ ਮੈਨੂੰ ਕਦਮ ਕਰਨ ਚੱਖਣੇ ਪੈਣਗੇ ਮੈਂ ਚੱਖੂਗਾ